ਰਿਸ਼ੀ ਕਪੂਰ ਨੇ ਅੱਜ ਦੇ ਦਿਨ ਯਾਨੀ 30 ਅਪ੍ਰੈਲ ਨੂੰ ਇਸ ਦੁਨੀਆ ਨੂੰ ਅਲਵਿਦਾ ਕਿਹਾ ਸੀ। ਭਾਵੇਂ ਰਿਸ਼ੀ ਕਪੂਰ ਹੁਣ ਇਸ ਦੁਨੀਆ ਵਿੱਚ ਨਹੀਂ ਹੈ, ਪਰ ਉਹ ਆਪਣੀਆਂ ਬੇਵਾਕ ਕਹਾਣੀਆਂ ਅਤੇ ਫਿਲਮਾਂ ਵਿੱਚ ਸ਼ਾਨਦਾਰ ਯੋਗਦਾਨ ਕਰਕੇ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਹੈ। ਰਿਸ਼ੀ ਨੂੰ ਪਿਆਰ ਕਰਨ ਵਾਲੇ ਲੋਕ ਜਾਣਦੇ ਹਨ ਕਿ ਉਹ ਬਹੁਤ ਗੁੱਸੇ 'ਚ ਰਹਿੰਦਾ ਸੀ, ਪਰ ਦਿਲੋਂ ਇੱਕ ਚੰਗਾ ਇਨਸਾਨ ਸੀ। ਬਾਲੀਵੁੱਡ ਦੇ ਦਿੱਗਜ ਅਭਿਨੇਤਾ ਰਿਸ਼ੀ ਕਪੂਰ ਆਪਣੇ ਸ਼ਾਨਦਾਰ ਪ੍ਰਦਰਸ਼ਨ ਅਤੇ ਦਿੱਖ ਲਈ ਜਾਣੇ ਜਾਂਦੇ ਸੀ। ਰਿਸ਼ੀ ਕਪੂਰ ਭਾਵੇਂ ਅੱਜ ਇਸ ਦੁਨੀਆ 'ਚ ਨਹੀਂ ਹੈ, ਪਰ ਉਹ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਹਮੇਸ਼ਾ ਮੌਜੂਦ ਹਨ। ਰਿਸ਼ੀ ਕਪੂਰ ਦਾ ਜਨਮ 4 ਸਤੰਬਰ 1952 ਨੂੰ ਮੁੰਬਈ ਵਿੱਚ ਮਸ਼ਹੂਰ ਅਦਾਕਾਰ ਅਤੇ ਨਿਰਦੇਸ਼ਕ ਰਾਜ ਕਪੂਰ ਦੇ ਘਰ ਹੋਇਆ ਸੀ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਬਾਲ ਕਲਾਕਾਰ ਵਜੋਂ ਕੀਤੀ ਅਤੇ ਫਿਰ ਉਚਾਈਆਂ ਦੀਆਂ ਪੌੜੀਆਂ ਚੜ੍ਹਨ ਲਈ ਅੱਗੇ ਵਧਿਆ। ਫਿਲਮੀ ਮਾਹੌਲ 'ਚ ਜਨਮੇ ਰਿਸ਼ੀ ਕਪੂਰ ਪਹਿਲੀ ਵਾਰ 3 ਸਾਲ ਦੀ ਉਮਰ 'ਚ ਪਰਦੇ 'ਤੇ ਨਜ਼ਰ ਆਏ। 1955 'ਚ ਰਿਲੀਜ਼ ਹੋਈ ਫਿਲਮ ਸ਼੍ਰੀ 420 ਦੇ ਗੀਤ ਪਿਆਰ ਹੁਆ ਇਕਰਾਰ ਹੁਆ 'ਚ ਕੁਝ ਸਮੇਂ ਲਈ ਨਜ਼ਰ ਆਏ ਸਨ। ਇਸ ਤੋਂ ਬਾਅਦ ਉਹਨਾਂ ਨੇ 1973 'ਚ ਬੌਬੀ ਨਾਲ ਬਤੌਰ ਲੀਡ ਐਕਟਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਲੋਕਾਂ ਨੇ ਫਿਲਮ ਨੂੰ ਕਾਫੀ ਪਸੰਦ ਕੀਤਾ ਸੀ, ਪਰ ਲੋਕਾਂ ਨੂੰ ਲੱਗਾ ਕਿ ਰਾਜ ਕਪੂਰ ਨੇ ਉਹਨਾਂ ਨੂੰ ਲਾਂਚ ਕਰਨ ਲਈ ਬੌਬੀ ਬਣਾਈ ਸੀ। ਉੱਤੇ ਹੀ ਇੱਕ ਵਾਰ ਰਿਸ਼ੀ ਕਪੂਰ ਨੇ ਦੱਸਿਆ ਸੀ ਕਿ ਮੇਰਾ ਨਾਮ ਜੋਕਰ ਦਾ ਕਰਜ਼ ਚੁਕਾਉਣ ਲਈ ਬੌਬੀ ਫਿਲਮ ਬਣਾਈ ਗਈ ਸੀ। ਰਿਸ਼ੀ ਕਪੂਰ ਦਾ ਵਿਆਹ ਨੀਤੂ ਕਪੂਰ ਨਾਲ ਹੋਇਆ ਸੀ, ਪਰ ਉਹ ਨੀਤੂ ਨਾਲ ਨਹੀਂ ਸਗੋਂ ਇੱਕ ਪਾਰਸੀ ਕੁੜੀ ਨਾਲ ਪਿਆਰ ਕਰਦੇ ਸਨ। ਇਕੱਠੇ ਕੰਮ ਕਰਦੇ ਸਮੇਂ ਨੀਤੂ ਅਤੇ ਰਿਸ਼ੀ ਵਿੱਚ ਕਾਫੀ ਝਗੜਾ ਹੁੰਦਾ ਸੀ ਅਤੇ ਹੌਲੀ ਹੌਲੀ ਇਹ ਝਗੜਾ ਪਿਆਰ ਵਿੱਚ ਬਦਲ ਗਿਆ। ਰਿਸ਼ੀ ਕਪੂਰ ਨੇ ਨੀਤੂ ਨਾਲ 1980 ਵਿੱਚ ਵਿਆਹ ਕੀਤਾ ਸੀ, ਪਰ ਦੋਵੇਂ ਆਪਣੇ ਵਿਆਹ ਦੌਰਾਨ ਹੀ ਬੇਹੋਸ਼ ਹੋ ਗਏ ਸਨ। ਨੀਤੂ ਆਪਣੇ ਭਾਰੀ ਲਹਿੰਗੇ ਨੂੰ ਸੰਭਾਲ ਨਹੀਂ ਸਕੀ ਅਤੇ ਰਿਸ਼ੀ ਕਪੂਰ ਭੀੜ ਕਾਰਨ ਬੇਹੋਸ਼ ਹੋ ਗਏ ਸਨ। ਰਿਸ਼ੀ ਕਪੂਰ ਵੱਖ ਵੱਖ ਤਰ੍ਹਾਂ ਦੇ ਸਵੈਟਰਾਂ ਦੇ ਸ਼ੌਕੀਨ ਸਨ। ਉਸਨੂੰ ਸਵੈਟਰ ਇਸ ਹੱਦ ਤੱਕ ਪਸੰਦ ਸਨ ਕਿ ਉਸਨੇ ਆਪਣੀ ਕਿਸੇ ਵੀ ਫਿਲਮ ਵਿੱਚ ਆਪਣੇ ਸਵੈਟਰ ਨੂੰ ਦੁਹਰਾਇਆ ਨਹੀਂ। ਇਸ ਦੇ ਨਾਲ ਹੀ ਫਿਲਮਾਂ 'ਚ ਸਵੈਟਰ ਨੂੰ ਸਟਾਈਲ ਸਟੇਟਮੈਂਟ ਵਜੋਂ ਪੇਸ਼ ਕਰਨ ਕਾਰਨ ਉਹਨਾਂ ਨੂੰ ਸਵੈਟਰ ਮੈਨ ਕਿਹਾ ਜਾਂਦਾ ਸੀ। ਪ੍ਰਸ਼ੰਸਕਾਂ ਨੂੰ ਵੀ ਅਦਾਕਾਰ ਦਾ ਇਹ ਲੁੱਕ ਇੰਨਾ ਪਸੰਦ ਆਉਂਦਾ ਸੀ ਕਿ ਦੁਕਾਨਾਂ 'ਤੇ ਰਿਸ਼ੀ ਕਪੂਰ ਵਾਲੇ ਸਪੈਸ਼ਲ ਸਵੈਟਰਾਂ ਅਤੇ ਜੈਕਟਾਂ ਦੀ ਮੰਗ ਵੱਧ ਜਾਂਦੀ ਸੀ। ਰਿਸ਼ੀ ਕਪੂਰ ਨੇ ਨਿਰਦੇਸ਼ਨ ਵਿੱਚ ਵੀ ਹੱਥ ਆਜ਼ਮਾਇਆ। ਸਾਲ 1999 'ਚ ਉਹਨਾਂ ਨੇ ਐਸ਼ਵਰਿਆ ਰਾਏ ਅਤੇ ਅਕਸ਼ੇ ਖੰਨਾ ਨਾਲ ਫਿਲਮ ਆਬ ਲੌਟ ਚਲੇ ਬਣਾਈ। ਹਾਲਾਂਕਿ ਫਿਲਮ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਕਰ ਸਕੀ, ਰਿਸ਼ੀ ਕਪੂਰ ਨੇ ਆਪਣੀ ਆਤਮ ਕਥਾ ਖੁੱਲ੍ਹਮ ਖੁੱਲ੍ਹਾ ਰਿਸ਼ੀ ਕਪੂਰ ਅੰਡਰਸਟੈਂਡ 'ਚ ਦੱਸਿਆ ਕਿ ਉਹਨਾਂ ਨੇ ਇੱਕ ਵਾਰ ਅਮਿਤਾਭ ਬੱਚਨ ਦਾ ਫਿਲਮਫੇਅਰ ਅਵਾਰਡ ਪੈਸੇ ਨਾਲ ਖਰੀਦਿਆ ਸੀ। ਅਮਿਤਾਭ ਨੂੰ ਫਿਲਮ ਜੰਜ਼ੀਰ ਲਈ ਸਰਵੋਤਮ ਅਦਾਕਾਰ ਦਾ ਅਵਾਰਡ ਮਿਲਣਾ ਸੀ, ਪਰ ਰਿਸ਼ੀ ਨੇ ਬੌਬੀ ਲਈ 30,000 ਰੁਪਏ ਦੇ ਕੇ ਸਰਵੋਤਮ ਅਦਾਕਾਰ ਲਈ ਇਹ ਅਵਾਰਡ ਖਰੀਦਿਆ, ਜਿਸ ਕਾਰਨ ਦੋਵਾਂ ਕਲਾਕਾਰਾਂ ਵਿੱਚ ਦੂਰੀ ਵੀ ਆ ਗਈ ਸੀ। ਰਿਸ਼ੀ ਨੇ ਇਹ ਵੀ ਖੁਲਾਸਾ ਕੀਤਾ ਸੀ ਕਿ ਇੱਕ ਵਾਰ ਸੰਜੇ ਦੱਤ ਉਹਨਾਂ ਨੂੰ ਮਾਰਨ ਲਈ ਉਹਨਾਂ ਦੇ ਅਪਾਰਟਮੈਂਟ 'ਚ ਪਹੁੰਚੇ ਸਨ। ਦਰਅਸਲ ਸੰਜੇ ਨੂੰ ਸ਼ੱਕ ਸੀ ਕਿ ਰਿਸ਼ੀ ਦਾ ਅਫੇਅਰ ਉਸਦੀ ਗਰਲਫ੍ਰੈਂਡ ਟੀਨਾ ਮੁਨੀਰ ਨਾਲ ਚੱਲ ਰਿਹਾ ਸੀ। ਹਾਲਾਂਕਿ ਨੀਤੂ ਸਿੰਘ ਦੇ ਸਮਝਾਉਣ 'ਤੇ ਸੰਜੇ ਉੱਥੋਂ ਵਾਪਸ ਚਲਾ ਗਿਆ ਸੀ। ਰਿਸ਼ੀ ਕਪੂਰ ਭਾਵੇਂ ਅੱਜ ਸਾਡੇ ਵਿੱਚ ਨਹੀਂ ਹੈ, ਪਰ ਰਿਸ਼ੀ ਨੂੰ ਉਹਨਾਂ ਦੇ ਪ੍ਰਦਰਸ਼ਨ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ।